इस इलाके के सब तो पुराने मंत्री भी रहे तहसीलिंग वेले सब तो ज्यादा योगदान देने वाले सरदार हरचरण सिंह बल्ली जी शिरोमणि अकाली दल के उम्मीदवार सरदार हरमनजीत सिंह जी रियल साहब राजवंशी जी बाबा मसाले वाले जी और वक्खो वक्खो इलाके तो आई हो सिंह सभा के प्रधान ते सकत्तर फतेह बुलान जा रहे हैं फतेह का जवाब शेरा वांग ललकारते हुए गज वज के फतेह दियो वाहेगुरु जी का खालसा उन्हें राजवंशी जी ने गल कही कि बादल साहब कहते ने दिल्ली वाले का पता नहीं केड़ी रजाई च वड़दे ने ते केड़ी रजाई च निकलते हैं मैं आ रहा सी मैं भी इन्हां दी गल च मैनूं बुजुर्ग मिल गए कहन लगे सरना साहब तो बड़ी सेवा करते ने एडी सेवा करते ने कि तुसी कर ही नहीं सकते मैं क्या पूछा कि प्रावत मैं क्या बुजुर्गों दस दियो सरना साहब की करते ने कहते जी तुसी सेवा करते हो गुरु घर जाके बर्तन साफ करन दी तुसी सेवा करते हो गुरु घर जाके भांडे धोन दी मैं कही सरना साहब की करते ने कहते जी सेवा करते ने गोलकर साहब ਕਹਿੰਦਾ ਤੁਹਾਡੀ ਸੇਵਾ ਕਿਤੇ ਫਰਕ ਰਹਿ ਸਕਦਾ ਹੈ ਹੋ ਸਕਦਾ ਹੈ ਕਿਤੇ ਸਬਜ਼ੀ ਦਾ ਦਾਗ ਰਹਿ ਜਾਏ ਕਿਤੇ ਬ੍ਰਸ਼ ਮਾਰਨਾ ਭੁੱਲ ਜਾਓ ਇਹ ਤਾਂ ਠੰਡੀਆਂ ਚੋਨੀਆਂ ਵੀ ਲੈ ਜਾਂਦੇ ਨੇ ਸਿਆਣੇ ਕਹਿੰਦੇ ਨੇ ਜੁੱਤੀ ਪਾਵੇ ਕਰੋੜ ਦੀ ਹੋਵੇ ਉਹਦੇ 'ਚ ਹੀਰਾ ਲੱਗਿਆ ਜਰਾਤ ਲੱਗਿਆ ਸੋਨੇ ਨਾਲ ਲੱਗੀ ਹੋਵੇ ਉਹ ਕਦੀ ਸਰ ਤੇ ਨਹੀਂ ਰੱਖੀ ਜਾਂਦੀ ਪੈਰਾਂ 'ਚ ਰੁਲਦੀ ਹੈ ਪੈਰਾਂ 'ਚ ਪਾਈ ਜਾਂਦੀ ਹੈ ਪੱਗ ਕਿੰਨੀ ਮੈਲੀ ਹੋਵੇ ਫੱਟੀ ਹੋਵੇ ਸਸਤੀ ਹੋਵੇ ਉਹ ਸਰ ਦਾ ਤਾਜ ਬਣ ਕੇ ਸਜਦੀ ਹੈ ਅੱਜ ਤੋਂ 4 ਸਾਲ ਪਹਿਲਾਂ ਤੁਸੀਂ ਸਰਨਾ ਭਰਾਵਾਂ ਨੂੰ ਆਪਣੀ ਪੱਗ ਦੇ ਵਿੱਚ ਸਜਾ ਕੇ ਆਪਣੇ ਸਰ ਦਾ ਤਾਜ ਬਣਾ ਕੇ ਦਿੱਲੀ ਕਮੇਟੀ ਭੇਜਿਆ ਸੀ ਕਿਸ ਵਾਸਤੇ ਕਿ ਇਹ ਸਿੱਖਾਂ ਦੀ ਨੁਮਾਇੰਦਗੀ ਕਰੂਗਾ ਸਿੱਖਾਂ ਦੇ ਦੁੱਖ ਤਕਲੀਫਾਂ ਨੂੰ ਸਰਕਾਰ ਦੇ ਸਾਹਮਣੇ ਰੱਖੂਗਾ 84 ਦੇ ਕਾਤਲਾਂ ਨੂੰ ਸਜ਼ਾ ਦਵਾਊਗਾ ਹੋਇਆ ਕਿ ਇਹ ਬਣ ਬੈਠਾ ਕਾਂਗਰਸ ਦੀ ਚੁੱਪੀ ਨੁਮਾਇੰਦਗੀ ਕਰਨੀ ਸੀ ਸਿੱਖਾਂ ਦੀ ਉਲਟਾ ਸਿੱਖਾਂ ਨੂੰ ਸਮਝਾਉਣ ਲੱਗਿਆ 32 ਸਾਲ ਹੋ ਗਏ ਨੇ 30 ਸਾਲ ਹੋ ਗਏ ਨੇ ਸਿੱਖਾਂ ਨੂੰ 84 ਭੁਲਾ ਦੇਣੀ ਚਾਹੀਦੀ ਬੜਾ ਸਮਾਂ ਹੋ ਗਿਆ ਮੈਂ ਕਹਿਣਾ ਚਾਹੁੰਦਾ ਸਰਨਾ ਸਾਹਿਬ ਕਦੀ ਕਿਹਾ ਜੇ ਕਾਂਗਰਸ ਪਾਰਟੀ ਨੂੰ ਕਹਿ ਕੇ ਨਾ ਵੇਖੋ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਕਿ ਕਾਂਗਰਸ ਇੰਦਰਾ ਭੁਲਾ ਦੇਵੇ ਕਾਂਗਰਸ ਇੰਦਰਾ ਭੁਲਾ ਦੇ ਸਿੱਖ 84 ਭੁਲਾ ਦੇਣਗੇ ਕਾਂਗਰਸ ਇੰਦਰਾ ਭੁਲਾ ਨਹੀਂ ਸਕਦੀ ਤੇ ਸਿੱਖ 84 ਭੁੱਲ ਨਹੀਂ ਸਕਦਾ ਦੂਜੀ ਗੱਲ ਕਹਿੰਦੇ ਨੇ ਹਮੇਸ਼ਾ ਇਲਜ਼ਾਮ ਲਾਉਂਦੇ ਆ ਰਹੇ ਨੇ ਕਿ ਸਾਡੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਰਾਜ ਨੇ ਇਲਾਕੇ 'ਚ ਇਹ ਬੜੇ ਪੈਸੇ ਲਾਈ ਜਾ ਰਹੇ ਨੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਅਗਰ ਘਰ ਕਿਸੇ ਬੱਚੀ ਦਾ ਵਿਆਹ ਹੋਵੇ ਤੇ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਕਿ ਜੇ 10 ਰੁਪਏ ਦੀ ਸਮਰੱਥਾ ਹੈ ਤੇ 100 ਰੁਪਏ ਲਾ ਦੇ ਕਿਸ ਵਾਸਤੇ ਕਿ ਸਾਡੇ ਇਲਾਕੇ 'ਚ ਇੱਜ਼ਤ ਹੋ ਸਕੇ ਸਾਡੀ ਬਰਾਦਰੀ 'ਚ ਇੱਜ਼ਤ ਹੋ ਸਕੇ ਸਾਡੇ ਪ੍ਰਧਾਨ ਹੁਣ ਅਸੀਂ ਇਹ ਮੀਟਿੰਗ ਕਰ ਰਹੇ ਨਾ ਜੇ ਮੀਟਿੰਗ ਵੀ ਕਰਨੀ ਹੋਏ ਤੇ SHO ਸਾਹਿਬ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਤੇ ਸਾਡੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਸਾਡਾ ਕੇਸਰੀ ਝੰਡਾ ਲਾਲ ਕਿਲ੍ਹੇ ਚੜਾਇਆ ਜਿੱਥੇ ਹਿੰਦੁਸਤਾਨ ਦਾ ਝੰਡਾ ਲਹਿਰਾਉਂਦਾ ਕੋਈ ਹੋਰ ਅੱਜ ਤੋਂ ਬਾਅਦ ਬਰਾਦਰੀ ਭਾਵੇਂ ਮੁਸਲਮਾਨ ਸਾਹਿਬ ਕਿਸੇ ਹੋਰ ਨੇ ਪਹਿਲੇ ਫੜਾਇਆ ਆਜ਼ਾਦੀ ਤੋਂ ਬਾਅਦ ਇਹ ਕਿੰਨੀ ਵੱਡੀ ਗੱਲ ਹੈ ਕਿ ਸਾਡਾ ਕੇਸਰੀ ਦਰਵਾਜ਼ਾ ਲਾਲ ਕਿਲ੍ਹੇ ਫੜਾਇਆ ਗਿਆ ਜਿੱਥੇ ਪ੍ਰਧਾਨ ਮੰਤਰੀ ਚਲਾਉਂਦੇ ਕੋਈ ਅਗਰ ਪੈਸੇ ਲੱਗੇ ਹਨ ਤੇ ਥੋੜੇ ਬਹੁਤ ਲੱਗੇ ਹਨ ਤੇ ਪ੍ਰਧਾਨ ਸਾਹਿਬ ਨੇ ਕੋਈ ਆਪਣੇ ਫੈਮਿਲੀ ਮੈਂਬਰ ਵਾਸਤੇ ਨਹੀਂ ਲਾਏ ਸਿੱਖ ਕੌਮ ਲਈ ਲਾਏ ਤਾਂ ਕਿ ਸਿੱਖ ਕੌਮ ਦਾ ਲੋਕਾਂ ਨੂੰ ਇਤਿਹਾਸ ਪਤਾ ਚੱਲ ਸਕੇ ਫਤਿਹ ਦਿਵਸ ਤੱਕ ਮੈਂ ਪਤਾ ਚੱਲਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਜੇ ਸ਼ਤਾਬਦੀ ਮਨਾਈ ਗਈ ਸਿੱਖ ਕੌਮ ਦਾ ਇਤਿਹਾਸ ਲੋਕਾਂ ਨੂੰ ਪਤਾ ਚੱਲ ਸਕੇ ਅੱਜ ਤੋਂ ਪਹਿਲਾਂ ਕਿੰਨੀ ਐਨੀਮੇਸ਼ਨ ਫਿਲਮਾਂ ਆਈਆਂ ਲੇਕਿਨ ਜਦੋਂ 4 ਸ਼ਾਹਜ਼ਾਦੇ ਦੀ ਪਿਕਚਰ ਆਈ ਦੁਨੀਆ ਨੇ ਦੇਖੀ ਲੋਕ ਤੇ ਖਰਨ ਕਰਨ ਵਾਲੀ ਪਿਕਚਰ ਸੀ ਦੁਨੀਆ ਨੂੰ ਪਤਾ ਹੈ ਮੇਰਾ ਇੱਕ ਦੋਸਤ ਮੁਸਲਮਾਨ ਹੈ ਉਹਨੇ ਮੈਨੂੰ ਆ ਕੇ ਕਿਹਾ ਕਹਿੰਦਾ ਜੀ ਮੈਂ ਪਿਕਚਰ ਦੇਖਣ ਤੋਂ ਬਾਅਦ ਅਹਿਸਾਸ ਕੀਤਾ ਕਿ ਸਿੱਖ ਕੌਮ ਤੇ ਬੜਾ ਜ਼ੁਲਮ ਹੋਇਆ ਇਹ ਕਦੋਂ ਪਤਾ ਚੱਲਿਆ ਜੇ ਪਿਕਚਰ ਬਣੀ ਜੇ ਕੋਈ ਪਿਕਚਰ ਨਾ ਬਣਾਉਂਦਾ ਤੇ ਨਾ ਹੀ ਲੋਕਾਂ ਨੂੰ ਪਤਾ ਚੱਲਣਾ ਸੀ ਤੇ ਲੋਕ ਜੇ ਅਸੀਂ ਇਤਿਹਾਸ ਆਪਣੀ ਪਨੀਰੀ ਨੂੰ ਦੱਸਾਂਗੇ ਤਾਂ ਹੀ ਪਤਾ ਚੱਲੇਗਾ ਨਾ ਅੱਜ ਤੋਂ ਪਹਿਲਾਂ ਕਿਸੇ ਬੱਚੇ ਨੂੰ ਪੁੱਛ ਲਓ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ ਉਹ ਪੁੱਛਿਆ ਕਿ ਇਹ ਨਾ ਹੀ ਮੈਂ ਪਹਿਲੀ ਵਾਰ ਸੁਣਿਆ ਤੇ ਕਿ ਅੱਜ ਬੱਚੇ ਬੱਚੇ ਨੂੰ ਪਤਾ
ਤੇ ਮੈਂ ਦੂਜੀ ਗੱਲ ਕਹਿਣਾ ਚਾਹਣਾ ਅੱਜ ਪ੍ਰਧਾਨ ਮੰਤਰੀ ਨੇ ਆ ਕੇ ਐਲਾਨ ਕੀਤਾ ਕਿ 100 ਕਰੋੜ ਰੁਪਏ ਦਾ ਉਹਨਾਂ ਨੇ ਦਿੱਤਾ ਐਲਾਨ ਕਿ ਜਿੱਥੇ ਵੀ 350 ਆਪਣਾ ਗੁਰੂ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਨਾਇਆ ਜਾਏਗਾ ਸਰਕਾਰ ਵੱਲੋਂ ਫੰਡ ਦਿੱਤਾ ਗਿਆ ਅੱਜ ਤੋਂ ਪਹਿਲਾਂ ਸਰਨਾ ਸਾਹਿਬ 12 ਸਾਲ ਰਹਿਣ ਦਿੱਲੀ ਕਮੇਟੀ 'ਚ ਸਾਡੀ ਦਿੱਲੀ ਕਮੇਟੀ ਦਾ ਬਜਟ ਸਿਰਫ 100 ਕਰੋੜ ਰੁਪਏ ਇਸ ਤੋਂ ਉੱਤੇ ਨਹੀਂ ਤੇ ਕਦੀ ਜਦੋਂ ਸਾਡੀ 2013 'ਚ ਸਾਡੀ ਕਮੇਟੀ ਬਣੀ ਸਰਦਾਰ ਹਰਮਨਜੀਤ ਸਿੰਘ ਜੀ ਉਸ ਕਮੇਟੀ ਦੇ ਮੈਂਬਰ ਸਨ ਤੇ ਸਭ ਪਹਿਲੇ ਸਾਲ ਸਰਕਾਰ ਤੋਂ 14 ਕਰੋੜ ਰੁਪਏ ਦਾ ਮਨਾਇਟੀ ਤੋਂ ਮਨਾਇਟੀ ਬੜਾ ਬਜਟ ਹੈ ਮੁਸਲਿਮ ਕਮਿਊਨਿਟੀ ਲੈਂਦੀ ਹੈ ਲੇਕਿਨ ਪਹਿਲੀ ਵਾਰ ਹੋਇਆ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਰਕਾਰ ਤੋਂ 14 ਕਰੋੜ ਰੁਪਇਆ ਲੈ ਕੇ ਲੋਕਾਂ 'ਚ ਵੰਡਿਆ ਭਾਵੇਂ ਉਹ ਫੀਸਾਂ ਮਾਫ਼ ਕਰਾਈਆਂ ਭਾਵੇਂ ਕਿਸੇ ਦੀ ਮਦਦ ਕੀਤੀ ਦੂਜੇ ਸਾਲ 44 ਕਰੋੜ ਰੁਪਇਆ ਸਰਕਾਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਰਕਾਰ ਤੋਂ ਲਿਆ ਤੀਜੇ ਸਾਲ 70 ਕਰੋੜ ਰੁਪਇਆ ਸਰਕਾਰ ਤੋਂ ਲਿਆ ਹੁਣ ਸਰਦਾਰ ਹਰਮਨਜੀਤ ਸਿੰਘ ਜੀ 100 ਕਰੋੜ ਦਾ ਪਲਾਨ ਬਣਾ ਕੇ ਬੈਠੇ ਜਿਹਦਾ ਬਜਟ ਹੀ 100 ਕਰੋੜ ਰੁਪਇਆ ਹੋਵੇ ਤੇ 100 ਕਰੋੜ ਤੋਂ ਸਰਕਾਰ ਤੋਂ ਮੰਨ ਲਓ ਕਿੰਨੀ ਵੱਡੀ ਗੱਲ ਹੈ ਅੱਜ ਤੋਂ ਪਹਿਲਾਂ ਸਰਨਾ ਸਾਹਿਬ ਨੇ ਤਾਂ ਕੋਸ਼ਿਸ਼ ਕੀਤੀ ਨਹੀਂ ਕਿਉਂਕਿ ਉਹ ਆਪਣੇ ਬਿਜ਼ਨਸ 'ਚ ਲੱਗੇ ਰਹੇ ਠੇਕੇ ਲੈਣ 'ਚ ਲੱਗੇ ਰਹੇ ਸਰਕਾਰ ਕਿਉਂਕਿ ਸੈਂਟਰ 'ਚ ਕਾਂਗਰਸ ਦੀ ਸਰਕਾਰ ਸੀ ਅਤੇ ਦਿੱਲੀ 'ਚ ਸ਼ੀਲਾ ਦੀਕਸ਼ਿਤ ਸਰਕਾਰ ਸੀ ਸਿੱਖ ਕਮਿਊਨਿਟੀ ਵੱਲੋਂ ਧਿਆਨ ਹੀ ਨਹੀਂ ਆਇਆ ਅਤੇ ਮੇਰੀ ਇੱਕ ਬੇਨਤੀ ਹੈ ਇਹ ਜਿਹੜੀ ਬਾਲਟੀ ਆ ਜੀ ਇਹਨੂੰ ਮੋਹਰਾਂ ਲਾ ਕੇ ਇੰਨੀ ਭਰ ਦਿਓ ਇੰਨੀ ਭਰ ਦਿਓ ਕਿ ਹਰ ਭੁੱਖੇ ਦਾ ਹਰ ਗਰੀਬ ਦਾ ਢਿੱਡ ਭਰ ਸਕੇ ਅਤੇ ਜਿਹੜੀ ਇਹ ਗੱਡੀ ਹੈ ਨਾ ਇਹਨੂੰ ਹੁਣ ਮਾਇਆਪੁਰੀ ਕਬਾੜੀ ਬਾਜ਼ਾਰ ਭੇਜ ਦਿਓ ਇਹਦਾ ਇੰਜਨ ਸੀਜ਼ ਹੋ ਗਿਆ ਟਾਇਰ ਵੀ ਕਿਸ ਗਏ ਨੇ ਇਹ ਕਿਸੇ ਕੰਮ ਦੀ ਨਹੀਂ ਰਹਿ ਗਈ ਬਾਕੀ ਗੱਲ ਆਖਰੀ ਗੱਲ ਮੈਂ ਕਰਨਾ ਚਾਹਾਂਗਾ ਕਿ ਸਮਾਂ ਆ ਗਿਆ ਕਿਉਂਕਿ ਇਲਾਕਾ ਵੀ ਤੁਹਾਡਾ ਹੈ ਕੌਮ ਵੀ ਤੁਹਾਡੀ ਹੈ ਸੋਚ ਵੀ ਤੁਹਾਡੀ ਹੈ ਵੋਟ ਵੀ ਤੁਹਾਡੀ ਹੈ ਤੁਸੀਂ ਸੋਚਣਾ ਜੇ ਤੁਸੀਂ ਸਮਝਦੇ ਹੋ ਕਿ ਸਰਨਾ ਭਰਾਵਾਂ ਨੇ ਬੜਾ ਕੰਮ ਕੀਤਾ ਤੇ ਭਾਵੇਂ ਡਟ ਕੇ ਵੋਟਾਂ ਪਾ ਦਿਓ ਤੇ ਜੇ ਸਮਝਦੇ ਹੋ ਕਿ ਕੌਮ ਦੇ ਗੱਦਾਰ ਕਾਂਗਰਸ ਡੱਟੂ ਫਿਰ ਮੇਰੀ ਬੇਨਤੀ ਹੈ ਕਿ ਜਿਹਨਾਂ ਨੇ ਬਾਲਾ ਸਾਹਿਬ ਵੇਚਿਆ ਬੰਗਲਾ ਸਾਹਿਬ ਦੀ ਪਾਰਕਿੰਗ ਵੇਚੀ ਹੈ ਇਹ ਡੀ ਡੀ ਮੋਟਰ ਸਕੂਲ ਡੀ ਡੀ ਮੋਟਰ ਵੇਚਿਆ ਜੇ ਕਿਤੇ ਇਹ ਸਰਨਾ ਭਰਾ ਗਲਤੀ ਨਾਲ ਵੀ ਦੁਬਾਰਾ ਚਿੱਤ ਕੇ ਆ ਗਏ ਇਹਨਾਂ ਨੇ ਤੁਹਾਡੇ ਘਰਾਂ ਦੇ ਆਪਕੀ ਭਾਂਡੇ ਵਿਕਵਾ ਦੇਣੇ ਜੇ ਇਲਾਕਿਆਂ ਨੂੰ ਵੇਚੂਗਾ ਕੌਮ ਨੂੰ ਵੇਚੂਗਾ ਮੈਂ ਗੱਲ ਸ਼ੇਰ ਨਾਲ ਖਤਮ ਕਰਨਾ ਚਾਹਾਂਗਾ ਕਿ ਅਹਿਸਾਸ ਮੁਹੱਬਤ ਕਾ ਕਰਾ ਕਿਉਂ ਨਹੀਂ ਦੇਤੇ ਨਫ਼ਰਤ ਕੋ ਇਸ ਮੁਲਕ ਸੇ ਮਿਟਾ ਕਿਉਂ ਨਹੀਂ ਦੇਤੇ ਜਿਨ ਦੀਓ ਮੇਂ ਜਲਤਾ ਹੋ ਸਿੱਖੋ ਕੇ ਪ੍ਰਤੀ ਸਿੱਖੋ ਕਾ ਖੂਨ ਆਓ ਆਪ ਔਰ ਹਮ ਮਿਲ ਕੇ ਐਸੇ ਦੀਏ ਬੁਝਾ ਕਿਉਂ ਨਹੀਂ ਦੇਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ